ਲਗਾਂ ਦੀਆਂ ਗਾਂ ਵਾਦੀਆਂ ਨੂੰ ਮਰਾਨ ਖਾਨ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਹੁਣ ਆ ਚੀਜ਼ਾਂ ਦੀਆਂ ਗਾਂ ਤੁਸੀਂ ਜੀ ਆਪਦਾ ਹਸਾਬ ਤੱਕ ਕੱਢ ਕੇ ਇੰਨੀ ਦੀ ਇੰਨੀ ਮੰਗਾਈ ਕਰ ਦਿਓ। ਔਜ਼ ਬਿਲਾਹੀ ਮੈ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮੁਅਲੈਕਮ ਦੋਸਤੋ। ਉਮੀਦ ਕਰਦੇ ਆ ਕਿ ਤੁਸੀਂ ਠੀਕ ਹੋਵਗਾ। ਅੱਛਾ ਯਾਰ ਨਾ ਅੱਜ ਮੈਂ ਕੁਝ ਤੁਹਾਡੇ ਨਾਲ ਨਾ ਸ਼ੇਅਰ ਕਰਨਾ ਚਾਹਨਾ ਵਾ ਮੰਗਾਈ ਦੇ ਹਵਾਲੇ ਨਾਲ। ਮੰਗਾਈ ਤੁਹਾਨੂੰ ਪਤਾ ਬਹੁਤ ਹੋ ਰਹੀ ਹੈ ਹਰ ਚੀਜ਼ ਬੜੀ ਵੱਧ ਗਈ ਹੈ। ਕਿਉਂ ਜਿਹੜਾ ਸੀ 340 ਰੁਪਿਆ ਦਾ ਕਿਲੋ ਹੋ ਗਿਆ। ਸਾਡੇ ਪਿੰਡੋਂ 340 ਰੁਪਏਾਂ ਦਾ ਕਿਲੋ ਵਿਕਰਿਆ ਤੇ ਥੋੜਾ ਜਿਹਾ ਸ਼ਹਿਰ ਚਲੇ ਜਾਓ ਉਥੇ ਸਸਤਾ ਹੈ ਤੇ ਇਹ ਮਹਿੰਗਾਈ ਚ ਕਸੂਰ ਕਿੰਦਾ ਤੁਹਾਡੇ ਸਾਹਬ ਸੀ ਇਹ ਆਦੀ ਰਾਏ ਦਾ ਇਜ਼ਹਾਰ ਕਰਿਆ ਜੇ ਤੇ ਦੂਸਰਾ ਇਹ ਕਿ ਯਾਰ ਨਾ ਜਿੱਥੋਂ ਤੱਕ ਮੇਰਾ ਪੁਆਇੰਟ ਆਫ 视图 ਹੈ ਨਾ ਉਹ ਇਹ ਆ ਕਿ ইমরান ਖਾਨ ਸਾਹਿਬ ਨੇ ਤਾਂ ਨਹੀਂ ਕਿਹਾ ਸਾਡੇ ਪਿੰਡੋਂ 340 ਰੁਪਏਾਂ ਦਾ ਕਿਲੋ ਵਿਕਰਿਆ ਕਿਉਂ ਤੇ ਇਹੋ ਹੀ ਕਿਉਂ 350 ਰੁਪਏਾਂ ਦਾ ਮੰਡੀ ਵਿਕਰਿਆ ਮਤਲਬ ਸ਼ਹਿਰ ਉਹ ਵੀ ਅਗਰ ਤੁਸੀਂ ਪਰਚੂਨ ਲਵੋ ਤੇ ਪਰਚੂਨ ਦੇ ਸਾਹਦੇ ਮਤਲਬ ਤੁਸੀਂ ਕਿਲੋ ਦੋ ਲੈਣਾ ਤੇ ਉਹ ਤੁਹਾਨੂੰ 350 ਦਾ ਮਿਲਣਾ ਅਗਰ ਤੁਸੀਂ ਥੋਕ ਰੇਟ ਤੇ ਲੈਂਦੇ ਥੋਕ ਤੇ ਤੁਸੀਂ ਤੁਹਾਡੀ ਦੁਕਾਨ ਹੈ ਫਿਰ ਤੋਂ ਤੁਹਾਨੂੰ ਹੋਰ ਘੱਟ ਮਿਲੇਗਾ ਤੇ ਇੰਜ ਹੀ ਹਰ ਚੀਜ਼ ਉਹਨਾਂ ਆਲੂ ਅੱਜ ਮੈਂ ਲੈ ਆਏ ਨੇ ਮਤਲਬ ਮੈਂ ਗਿਆ ਸੀ ਬਾਜ਼ਾਰ ਆਲੂ ਲੈਣ ਵਾਸਤੇ ਤੇ 80 ਰੁਪਏ ਕਿਲੋ ਮਿਲੇ ਨੇ ਠੀਕ ਹੈ ਇਹੋ ਹੀ ਆਲੂ ਮਾਰਟ ਜਿਹੜੀਆਂ ਮਾਰਟਾਂ ਹੁੰਦੀਆਂ ਨੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਸਟੋਰ ਬਣੇ ਹੁੰਦੇ ਨੇ ਉਹਨਾਂ ਵਿੱਚ ਬਿਹਤਰੀਨ ਆਲੂ ਸੀ ਤੇ 60 ਰੁਪਏ ਕਿਲੋ ਸੀ ਹਾਲਾਂਕਿ ਉਹ ਮਾਰਟ ਸੀ ਠੀਕ ਹੈ ਇੱਥੇ ਸ਼ਹਿਰ ਸੀ ਛੋਟੀ ਦੁਕਾਨ ਸੀ ਤੇ ਉਹਨੇ 80 ਰੁਪਏ ਕਿਲੋ ਤੇ ਮੈਂ ਉਹਨੂੰ ਕਿਹਾ ਕਿ ਇਹ ਕੀ ਹਿਸਾਬ ਹੈ ਮੈਂ ਤਾਂ ਮੰਡੀ ਉੱਥੇ ਗਿਆ ਵਾਂ ਸ਼ਹਿਰ ਉੱਥੇ ਮਾਰਟ ਸੀ ਉਹਨਾਂ ਬਿਹਤਰੀਨ ਸਜਾ ਕੇ ਰੱਖੇ ਸੀ 60 ਰੁਪਏ ਤੇ ਤੁਸੀਂ ਇੱਥੇ ਸੀ ਤੋਂ ਉਹ ਅਗੋਂ ਮੈਨੂੰ ਆਹ ਲੈ ਕੇ ਨਾ ਆਲੂਆਂ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਨੇ ਉਹ ਹੋਰ ਥੋੜੀ ਮਾੜੀ ਕਿਸਮ ਹੋਣੀ ਹੈ ਮਗਾ ਸਦਕੇ ਵੀ ਤੇਰੇ ਕਿ ਉਹ ਸ਼ਹਿਰ ਵਿੱਚ ਉਹ ਇੱਕ ਸਟੋਰ ਐਡਾ ਵੱਡਾ ਉਹਨੇ ਕਰੋੜਾਂ ਰੁਪਏ ਸਾਫ ਦੇ ਲਾਏ ਨੇ ਉਹ ਲਾ ਕੇ ਬੈਠਾ ਤੇ ਉਹਨੇ ਤੇਰੇ ਨਾਲੋਂ ਗੰਦੇ ਆਰੂ ਰੱਖਨੇ ਤੇ ਤੂੰ ਇਹ ਦੁਕਾਨ ਲਾ ਕੇ ਬੈਠਾ ਤੇ ਤੂੰ ਜਿਹੜੇ ਨਾ ਉਹਦੇ ਨਾਲ ਚੰਗੇ ਵੇਚ ਰਿਹਾ ਠੀਕ ਹੈ ਵੀ ਮੈਂ ਕਿਹਾ ਤੇ ਹਰ ਚੀਜ਼ ਹੀ ਨਾ ਸਟੈਪ ਬਾਈ ਸਟੈਪ ਜਿਹੜੀ ਉਹ ਮਤਲਬ ਉਹ ਆਪਦਾ ਸਾਹਿਬ ਕਿਤਾਬ ਵਿੱਚੋਂ ਕੱਢ ਕੇ ਤੇ ਫਿਰ ਅੱਗੇ ਕਰ ਰਹੇ ਨੇ ਉਹ ਜਿਹੜਾ ਪਹਿਲੇ ਵਾਲਾ ਉਹ ਵੀ ਕੁਝ ਵਿੱਚੋਂ ਬਚਾਉਂਦਾ ਹੈ ਜਿਹੜਾ ਅਗਲਾ ਉਹ ਵੀ ਵਿੱਚੋਂ ਬਚਾਉਂਦਾ ਹੈ ਤੇ ਮੇਰੇ ਖਿਆਲ ਦੇ ਮੁਤਾਬਕ ਮਹਿੰਗਾਈ ਜਿਹੜੀ ਨਾ ਹੋਣੀ ਹੈਗੀ ਨਹੀਂ ਜਿੰਨੀ ਨਾ ਐਵੇਂ ਕੰਮ ਵਧਿਆ ਪਿਆ ਅਗਾ ਦੀ ਅਗਾ ਨਾ ਲੋਕੀ ਵੇਖੋ ਵੇਖੀ ਉਹ فرض ਕਰੋ ਕਿ ਹੋ ਜੂ 350 ਉਹ ਤੋਂ ਮੰਡੀਆਂ 'ਪਾ ਮਿਲਦਾ ਤੇ ਸਾਡੇ ਪਿੰਡ ਆ ਕੇ 340 ਦਾ ਹੋ ਜਾਂਦਾ ਘੱਟ ਤੋਂ ਘੱਟ ਵੀ ਚਲੋ 5 ਰੁਪਏ ਤੁਸੀਂ ਵਾਦ ਲਗਾ ਲਓ 10 ਵਾਦ ਕਰ ਲਓ ਤੇ ਕੱਠੇ ਹੀ ਇੱਕ ਚੀਜ਼ੋਂ 20 30 ਰੁਪਏ ਕੱਢ ਲਓ ਤਾਂ ਜਾਰੀ ਗੱਲ ਹੈ ਫਿਰ ਮਹਿੰਗਾਈ ਉਹ ਗਰੀਬਾਂ ਦੇ ਵਿਚਾਰਿਆਂ ਦੀ ਭਾਰ ਪੈਣਾ ਦੁਕਾਨਾਂ ਵਾਲਿਆਂ ਦਾ ਜਿਹੜੇ ਜਿਹੜੇ ਤਾਜਰ ਨੇ ਉਹਨਾਂ ਦਾ ਤਾਂ ਕੰਮ ਠੀਕ ਹੀ ਰਹਿਣਾ ਤੇ ਬਾਕੀ ਆ ਪੈਟਰੋਲ ਵੇਖ ਲੋਨ 140 ਰੁਪਏ ਠੀਕ ਪਹਿਲੇ ਹੈਗਾ ਸੀ ਉਹ 128 ਰੁਪਏ 10 ਰੁਪਏ ਵੱਧ ਗਿਆ ਤੇ ਹੁਣ 140 138 ਰੁਪਏ ਵੇਖਦਾ ਹੋਣਾ ਤੇ ਅੱਗੇ ਦੀ ਅੱਗੇ ਕਈਆਂ ਜਗ੍ਹਾ ਤੇ 139 ਸਮਥਿੰਗ ਹੋ ਜਾਣਾ ਕਈਆਂ ਜਗ੍ਹਾ ਤੇ 140 ਸਮਥਿੰਗ ਹੋ ਜਾਂਦਾ ਫਿਰ 141 ਤੱਕੇ ਜਾਣਾ ਸਮਥਿੰਗ ਮਤਲਬ ਜਿਹੜੇ ਅੱਗੇ ਕੇ ਜਿਵੇਂ ਜਿਵੇਂ ਪਿੰਡਾਂ ਚ ਜੋ ਗਏ ਹੋਰ ਥੋੜਾ ਜਿਹਾ ਸਹਿਰ ਤੇ ਹੋਏਗਾ ਤੇ ਪੈਟਰੋਲ ਹੋ ਗਿਆ ਨਾ ਤੇ ਇਹਦੇ ਨਾਲ ਹੀ ਗੱਡੀਆਂ ਵਾਲੇ ਨੇ ਠੀਕ ਹੈ ਲੀਡਰ ਮਗਰ 10 ਰੁਪਏ ਵਾ ਦੇ ਦੋ ਨਾ ਸواری ਮਗਰ 20 ਰੁਪਏ 10 ਰੁਪਏ ਵਾ ਦਾ ਦੇ ਨੇ ਉਹਨਾਂ ਦਾ ਕੰਮ ਵੀ ਸਿੱਧਾ ਤੇ ਮਰਨਾ ਕਿੰਨੇ ਆਵਾਮ ਨੇ ਇਹ ਤਾਂ ਹਾਲ ਹੈ ਹਰ ਕੋਈ ਆਪਦਾ ਆਪਦਾ ਹਸਾਬ ਹੀ ਜੋ ਕੱਢ ਲੈਂਦਾ ਤੇ ਰਗੜੀ ਆਵਾਮ ਜਾਂਦੀ ਗੱਲਾਂ ਦੀਆਂ ਗਾਂ ਵਾਦੀਆਂ ਨੇ ਉਹਨਾਂ ਮਰਾਨ ਖਾਨ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਹੁਣ ਆ ਚੀਜ਼ਾਂ ਦੀਆਂ ਗਾਂ ਤੁਸੀਂ ਜੀ ਆਪਦਾ ਹਸਾਬ ਤਾਬ ਕੱਢ ਕੇ ਇੰਨੀ ਦੀ ਇੰਨੀ ਮਹਿੰਗਾਈ ਕਰ ਦਿਓ ਤੇ ਬਾਕੀ ਮੇਰੇ ਪੁਆਇੰਟ ਆਫ View ਦੇ ਨਾਲ ਨਾ ਮੈਂ ਵੈਸੇ ਇਹ ਨਾ ਵੋਟ ਨਹੀਂ ਸੀ ਪਾਇਆ ਕਿਉਂਕਿ ਸਾਡੀ ਡਿਊਟੀ ਸੀ ਉਸ ਟਾਈਮ ਤੇ ਮੇਰੇ ਖਿਆਲ ਦੇ ਮੁਤਾਬਕ ਇਹ ਕੋਈ ਲੌਂਗ ਟਰਮ ਤੇ ਇਨਸ਼ਾਅੱਲਾ ਚੰਗਾ ਹੀ ਹੋਏਗਾ ਬਿਹਤਰ ਹੋਏਗਾ ਇਨਸ਼ਾਅੱਲਾ ਬਹੁਤ ਜਲਦ ਤੇ ਤੁਸੀਂ ਵੀ ਆਪਦੀ ਰਾਏ ਦਾ ਜ਼ਰੂਰ ਇਜ਼ਹਾਰ ਕਰਿਆ ਜੇ ਕਿ ਤੁਸੀਂ ਇਸ ਵਾਰ ਕੀ ਕਹਿੰਦੇ ਹੋ ਤੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਫਰਮੋਰ ਅਪਡੇਟਸ ਥੈਂਕ ਯੂ